ਜੋ ਇਹਦਾ ਕੱਲ ਬਿਹੇਵੀਅਰ ਸੀਗਾ ਇਹਨੂੰ ਡਿਪਟੀ ਕਮਿਸ਼ਨਰ ਜਿਹੜੀ ਮੇਰੇ ਖਿਆਲ ਕੀ ਸੀ ਐਮ ਨੇ ਕਰਕੇ ਭੇਜਿਆ ਔਰ ਇਸ ਕੀ ਇਹਦੀ ਜੇ ਤੁਸੀਂ ਪਹਿਲੀ ਇੰਟਰਵਿਊ ਪੜ੍ਹ ਲਓ ਕਹਿੰਦਾ ਮੈਨੂੰ ਜ਼ਿਮਨੀ ਚੋਣ ਲਈ ਭੇਜਿਆ ਗੱਲਬਾਤ ਚੱਲ ਰਹੀ ਸੀ ਅਤੇ ਇੱਕ ਕਿਸੇ ਪਾਸੇ ਨਹੀਂ ਗੱਲ ਲਾ ਰਿਹਾ ਅਤੇ ਮੈਂ ਇੰਨਾ ਕਿਹਾ ਮੈਂ ਕਿਹਾ ਡੀ ਸੀ ਸਾਹਿਬ ਜੇ ਤੁਸੀਂ ਇਨਸਾਫ ਨਹੀਂ ਦੇਣਾ ਉੱਠੋ ਬਾ ਜਾਓ ਸਭ ਚਲੀਏ ਕਹਿੰਦਾ ਜਾਓ ਜੀ ਉਹਨੇ ਕਿਹਾ ਪੜਾ ਸਾਹਮਣੇ ਕਿ ਡੀ ਸਾਹਿਬ ਤੁਹਾਡਾ ਬਿਹੇਵੀਅਰ ਗਲਤ ਹੈ ਕਹਿੰਦਾ ਜਾਓ ਜਾਓ ਮੈਂ ਕਿਹਾ ਆ ਜਾ ਫਿਰ ਬਹਿ ਜਾ ਉੱਥੇ ਫਿਰ ਕਿਹਾ ਕਿ ਆਹ ਅਸੀਂ ਬੈਠੇ ਹੀ ਤੂੰ ਪਬਲਿਕ ਦਾ ਸਰਵੈਂਟ ਹੈ ਅਸੀਂ ਰਿਪ੍ਰਜੈਂਟੇਟਿਵ ਹਾਂ ਸਾਡਾ ਆਫਿਸ ਹੈ ਕਿਸੇ ਦੇ ਪਿਓ ਦੀ ਥਾਂ ਨਹੀਂ ਹੈ ਪੰਜਾਬ ਦੇ ਸੀਨੀਅਰ ਆਗੂ ਸਾਬਕਾ ਡਿਪਟੀ ਸੀਐਮ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਕਈ ਵਾਰ ਵਿਧਾਇਕ ਤੇ ਕੱਲ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਜੋ ਕੁਝ ਹੋਇਆ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਪਰ ਸਵਾਲ ਪ੍ਰੋਟੋਕੋਲ ਦਾ ਹੈ ਕਿਉਂਕਿ ਇੱਕ ਵੱਡੇ ਆਗੂ ਨੇ ਡਿਪਟੀ ਸੀਐਮ ਰਹੇ ਨੇ ਪੰਜਾਬ ਦੇ ਕਈ ਵਾਰ ਵਿਧਾਇਕ ਪੰਜਾਬ ਦੇ ਕੈਬਨਿਟ ਵਜ਼ੀਰ ਰਹੇ ਅਤੇ ਉਹਨਾਂ ਦੇ ਨਾਲ ਹੀ ਜਿਹੜੀ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਇਹ ਜਿਹੜਾ ਵਾਕਿਆ ਹੁੰਦਾ ਹੈ ਤਾਂ ਰੰਧਾਵਾ ਸਾਹਿਬ ਸਾਡੇ ਨਾਲ ਦਿੱਤੇ ਰੰਧਾਵਾ ਸਾਹਿਬ ਐਕਸਪੈਕਟ ਕੀਤਾ ਸੀ ਤੁਸੀਂ 4-5 ਵਾਰੀ ਤੁਸੀਂ MLA ਰਹੇ ਡਿਪਟੀ ਸੀਐਮ ਵਜੋਂ ਰਹੇ ਜਿਹੜਾ DC ਹੈ ਇਹ ਗੁਰਦਾਸਪੁਰ RTO ਰਿਹਾ 2003 ਕੇ ਚਾਰ 'ਚ ਮੈਂ ਉਦੋਂ ਦਾ ਇਹਨੂੰ ਜਾਣਦਾ ਪਰ ਜੋ ਇਹਦਾ ਕੱਲ੍ਹ ਬਿਹੇਵੀਅਰ ਸੀਗਾ ਇਹਨੂੰ ਡਿਪਟੀ ਕਮਿਸ਼ਨਰ ਜਿਹੜੀ ਮੇਰੇ ਖਿਆਲ ਕੀ CM ਨੇ ਕਰਕੇ ਭੇਜਿਆ ਔਰ ਇਸ ਕੀ ਇਹਦੀ ਜੇ ਤੁਸੀਂ ਪਹਿਲੀ ਇੰਟਰਵਿਊ ਪੜ੍ਹ ਲਓ ਕਹਿੰਦਾ ਮੈਨੂੰ ਜ਼ਿਮਨੀ ਚੋਣ ਲਈ ਭੇਜਿਆ ਇਹ ਤੁਹਾਡੇ ਸਾਰਿਆਂ ਨੂੰ ਤੁਹਾਡੀਆਂ ਨੂੰ ਇਹਨਾਂ ਨੇ ਸੁਣੀ ਆ ਅਤੇ ਜਿਹੜਾ ਜਿਹੜਾ ਉਹਨਾਂ ਦਾ ਵਰਕਰ ਬਣ ਕੇ ਚੱਲ ਰਿਹਾ ਅਤੇ ਉਹਦੇ ਕੋਲ ਇਨਸਾਫ ਕੀ ਮਿਲੇਗਾ ਉੱਥੇ ਗੱਲ ਚੱਲੀ ਕਿ ਗੱਲਬਾਤ ਚੱਲ ਰਹੀ ਸੀ ਅਤੇ ਇੱਕ ਕਿਸੇ ਪਾਸੇ ਨਹੀਂ ਗੱਲ ਲਾ ਰਿਹਾ ਤਾਂ ਮੈਂ ਇੰਨਾ ਕਿਹਾ ਮੈਂ ਕਿਹਾ DC ਸਾਹਿਬ ਜੇ ਤੁਸੀਂ ਇਨਸਾਫ ਹੀ ਨਹੀਂ ਦੇਣਾ ਉੱਠੋ ਬਾ ਜਾਓ ਸਭ ਚਲੀਏ ਕਹਿੰਦਾ ਜਾਓ ਜੀ ਹੈਂ ਅਸੀਂ ਉੱਠ ਕੇ ਵਾਕਈ ਤੁਰ ਪਏ ਹਾਂ ਅਤੇ ਉਹਨੇ ਕਿਹਾ ਪੜਾ ਸਾਹਮਣੇ ਕਿ ਡੀ ਸਾਹਿਬ ਤੁਹਾਡਾ ਬਿਹੇਵੀਅਰ ਗਲਤ ਹੈ ਕਹਿੰਦਾ ਜਾਓ ਜਾਓ ਮੈਂ ਕਿਹਾ ਆ ਜਾ ਫਿਰ ਬਹਿ ਜਾ ਉੱਥੇ ਫਿਰ ਕਿਹਾ ਕਿ ਆਹ ਅਸੀਂ ਬੈਠੇ ਹੀ ਤੂੰ ਪਬਲਿਕ ਦਾ ਸਰਵੈਂਟ ਹੈ ਅਸੀਂ ਰਿਪ੍ਰਜੈਂਟੇਟਿਵ ਹਾਂ ਸਾਡਾ ਆਫਿਸ ਹੈ ਕਿਸੇ ਦੇ ਪਿਓ ਦੀ ਥਾਂ ਨਹੀਂ ਹੈ ਅਸੀਂ ਇੱਥੇ ਬੈਠੇ ਤੇਰੇ ਜ਼ਰੂਰਤ ਅਰਗੇ ਸਾਨੂੰ ਅਰੈਸਟ ਕਰਕੇ ਆਫਿਸ 'ਚੋਂ ਬਾਹਰ ਕਰ ਮੈਂ ਕਿਹਾ ਤੇਰੇ ਕੋਲ ਡਿਸਟ੍ਰਿਕਟ ਮਜਿਸਟਰ ਡਿਸਟ੍ਰਿਕਟ ਕਲੈਕਟਰ ਦੀ ਪਾਵਰ ਨਹੀਂ ਤੂੰ ਵਰਤ ਸਕਦਾ ਡਿਸਟ੍ਰਿਕਟ ਮਜਿਸਟਰ ਦੀ ਪਾਵਰ ਵਰਤ ਅਤੇ ਸਾਨੂੰ ਅਰੈਸਟ ਕਰ ਕੱਢ ਤੁਸੀਂ ਤੇ ਲੋਕਾਂ ਦੇ ਆਗੂ ਹੋ ਲਗਾਤਾਰ ਡਿਪਟੀ ਕਮਿਸ਼ਨਰ ਤੁਹਾਡੇ ਕੋਲ ਤੇ 2 ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਤੇ ਪਠਾਨਕੋਟ ਦੇ ਵੀ ਤੁਸੀਂ ਤੇ ਇਹਨਾਂ ਨਾਲ ਮੀਟਿੰਗਾਂ ਵੀ ਲੈਂਦੇ ਮੈਂ ਇੱਕ ਦਿਸ਼ਾ ਕਮੇਟੀ ਦਾ ਜ਼ਿਕਰ ਕੀਤਾ ਇਹਨਾਂ ਨੇ ਉਸ ਦਿਨ ਜਿਸ ਦਿਸ਼ਾ ਕਮੇਟੀ ਕਿਉਂਕਿ ਤੁਸੀਂ ਸਾਰੇ ਦਿਸ਼ਾ ਨਿਰਦੇਸ਼ ਦੇਣੇ ਹੁੰਦੇ ਕੇਂਦਰ ਦੀਆਂ ਸਕੀਮਾਂ ਸਾਰੀਆਂ ਇਹਨਾਂ ਨੂੰ ਕਹਿਣਾ ਹੁੰਦਾ ਉਸ ਦਿਨ ਇਹਨਾਂ ਦੇ ਰਵੱਈਏ ਦੇ ਵਿੱਚ ਵੀ ਜਦੋਂ ਪਹਿਲੇ ਦਿਨ ਨੂੰ ਇਹਦੀ ਐਰੋਗੈਂਸੀ ਪੂਰੀ ਸੀ ਇਹ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਮੈਂ MP ਨੂੰ ਕੁਛ ਨਹੀਂ ਸਮਝਦਾ ਮੈਂ ਕਿਹਾ ਚਲੋ ਆਪਾਂ ਨੂੰ ਕੀ ਜ਼ਰੂਰਤ ਹੈ ਨਹੀਂ ਵਾਕਈ ਮੇਰੇ ਮਨ 'ਚ ਕਦੀ ਹੋਈ ਨਹੀਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਜਦੋਂ ਆਉਂਦਾ ਮੈਂ ਕਦੀ ਐਜ ਏ ਮਿਨਿਸਟਰ ਵੀ ਜਦੋਂ ਅਸੀਂ ਮੈਂ ਇਹੋ ਜਿਹੀ ਐਰੋਗੈਂਸੀ ਕਰੀ ਨਹੀਂ ਸੀ ਦਿਖਾਈ ਇਹ ਆਉਂਦੀਆਂ ਜਾਂਦੀਆਂ ਯਾਰ ਸਾਡੇ ਪਰਿਵਾਰਾਂ ਨੇ ਤਾਂ ਬਹੁਤ ਕੁਝ ਵੇਖ ਲਿਆ ਮੈਂ ਅਸੀਂ ਤਾਂ ਐਬਸੋਲੂਟ ਪਾਵਰ ਵੇਖ ਲਈ ਇਹਨਾਂ ਲੋਕਾਂ ਵੇਖਿਆ ਹੀ ਕੱਖ ਨਹੀਂ ਪਰ ਹੁਣ ਇਹਨਾਂ ਨੂੰ ਵਿਖਾਵਾਂਗੇ ਜ਼ਰੂਰ ਸਪੀਕਰ ਸਾਹਿਬ ਨੂੰ ਸ਼ਿਕਾਇਤ ਕਰ ਦਿੱਤੀ ਹੈ ਉਹਨਾਂ ਕੋਲ ਮੈਂ ਸਮਾਂ ਵੀ ਮੰਗਿਆ ਔਰ ਨਾਲ ਦੀ ਨਾਲ ਹੀ ਜਿਹੜੇ ਬਾਰਡਰ ਦੇ ਉੱਤੇ ਜੋ ਕੁਝ ਹੋ ਰਿਹਾ ਇਹਦੇ ਲਈ ਮੈਂ ਮੁੱਖ ਮੰਤਰੀ ਕੋਲ ਵੀ ਟਾਈਮ ਮੰਗਾਂਗਾ ਆਪਣੇ DGP ਸਾਹਿਬ ਨੂੰ ਮੈਂ ਮੈਸੇਜ ਵੀ ਕੀਤੇ ਨੇ ਉਹਨਾਂ ਦੇ ਮੈਨੂੰ ਕੱਲ੍ਹ ਕਾਲ ਵੀ ਆਈ ਹੈ ਕਿ ਇਹ ਚੀਜ਼ਾਂ ਨਹੀਂ ਹੋਣਗੀਆਂ ਪਰ ਨਾਲ ਦੀ ਨਾਲ ਮੈਂ ਹੋਮ ਮਿਨਿਸਟਰ ਆਫ ਇੰਡੀਆ ਕੋਲੋਂ ਕਿਉਂਕਿ ਸਾਡਾ ਬਾਰਡਰ ਮੇਰਾ ਸਾਰੇ ਦਾ ਸਾਰਾ ਬਾਰਡਰ ਲੱਗਦਾ
ਗੈਂਗਸਟਰ ਜਿਹੜੇ ਨੇ ਓਪਨਲੀ ਘੁੰਮ ਰਹੇ ਨੇ, ਓਪਨਲੀ ਇਲੀਗਲ ਵੈਪਨਸ, ਓਪਨਲੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿਵੇਂ ਹੋਮ ਡਿਲੀਵਰੀ ਅਤੇ ਕਿਵੇਂ ਕਿਤੇ ਸ਼ਮਸ਼ਾਨ ਘਾਟ ਚਲੇ ਜਾਓ, ਕਿਸੇ ਪਾਣੀ ਵਾਲੀ ਟੈਂਕੀ 'ਤੇ ਚਲੇ ਜਾਓ, ਸਰਿੰਜਾਂ ਪਈਆਂ ਨੇ, ਨਸ਼ਿਆਂ ਦੇ ਵਿੱਚ ਬੁਰੀ ਹਾਲਾਤ ਨੇ। ਇਹਦੇ ਲਈ ਉਹਨਾਂ ਨੂੰ ਗੱਲ ਕਰਕੇ ਔਰ ਵਿਦ ਫੋਟੋਗ੍ਰਾਫਸ ਔਰ ਵਿਦ ਪਰੂਫ ਉਹ ਜਿਹੜੇ ਹੋਮ ਮਿਨਿਸਟਰ ਆਫ ਇੰਡੀਆ ਨੂੰ ਦਿੱਤੇ ਜਾਣਗੇ। ਅੱਜ ਕੱਲ੍ਹ ਪੰਚਾਇਤੀ ਚੋਣਾਂ ਚੱਲ ਰਹੀਆਂ, ਕੱਲ੍ਹ ਵੀ ਗੁਰਦਾਸਪੁਰ ਜੀਰੇ ਵੀ ਇੰਸੀਡੈਂਟ ਹੋਇਆ, ਹੁਣ ਸਰਦੂਲਗੜ੍ਹ ਤੋਂ ਇੱਕ ਖਬਰ ਆ ਰਹੀ ਵੀ ਉੱਥੇ ਕੋਈ ਇੰਸੀਡੈਂਟ ਹੋਇਆ ਜੀ, ਇਹਨਾਂ ਚੋਣਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ? ਇਹ ਤਾਂ ਚੋਣਾਂ ਇਹ ਲੁੱਟ ਕੇ ਲੈ ਗਏ, ਬਦਲਾਵ ਆ, ਬਦਲਾਵ ਆ, ਲੋਕਾਂ ਨੇ ਬਦਲਾਵ ਐਸਾ ਕਰਨਾ। ਤੁਹਾਨੂੰ ਮੈਂ ਪਹਿਲਾਂ ਕਿਹਾ ਕਿ 93 ਆਏ ਸੀਗੇ ਅਤੇ 33 ਰਹਿ ਗਏ, 60 ਗਏ, ਅਗਲੀ ਸਰਕਾਰ ਆਉਣ ਦਿਓ ਅਸੀਂ 0 ਕਰ ਦੇਣਾ ਔਰ ਇਹ ਕਰਾਂਗੇ। ਜਿਹਨੂੰ ਭਗਵੰਤ ਮਾਨ ਕਹੇਗਾ ਤੂਰੀ 'ਚੋਂ, ਉਸੇ ਨੂੰ ਟਿਕਟ ਦਾਂਗੇ, ਕਿ ਕਹਿੰਦਾ ਇਹਨੂੰ ਦਿਓ, ਉਹਨੂੰ ਦੇ ਕੇ ਇਹਨੂੰ ਹਰਾਵਾਂਗੇ। ਤੁਹਾਡੀ ਬਾਈ ਇਲੈਕਸ਼ਨ ਹਲਕੇ ਦੀ ਆ ਰਹੀ ਤਿਆਰੀ ਆ? ਪੂਰੀ ਤਿਆਰੀ, ਸਾਰੀ ਠੋਕ ਕੇ ਤਿਆਰੀ। ਇਹਨੂੰ ਆਖੋ ਜੋ ਕਰਨਾ ਉਹ ਕਰੇ, ਮੇਰੇ ਵਰਕਰ ਤਕੜੇ ਨੇ। ਹਾਂ, ਇੰਨੀ ਵਾਰਾਂ ਜਿੱਤੇ ਆ, ਹੁਣ ਵੀ ਜਿੱਤਾਂਗੇ, ਪਾਰਲੀਮੈਂਟ ਵੀ ਜਿੱਤਿਆ ਅਤੇ ਹੁਣ ਵੀ ਜਿੱਤਾਂਗੇ। ਬਿਲਕੁਲ, ਕਾਂਗਰਸ ਦੇ ਵੱਡੇ ਆਗੂ ਮਾਝੇ ਦੇ ਜਿਹੜੇ ਜਰਨੈਲ ਸੁਖਜਿੰਦਰ ਸਿੰਘ ਰੰਧਾਵਾ, ਤਾਂ ਉਹਨਾਂ ਨੇ ਇਤਰਾਜ਼ ਪ੍ਰਗਟਾਇਆ ਹੈ ਕਿਉਂਕਿ ਪ੍ਰੋਟੋਕੋਲ ਦਾ ਮਸਲਾ ਹੈ। ਪ੍ਰੋਟੋਕੋਲ ਖੁਦ ਜਾਣਦੇ ਵੀ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਕੱਲ੍ਹ ਜਿਹੜਾ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਦਫ਼ਤਰ ਜੋ ਵਰਤਾ ਆ ਉਸਦੀ ਉਹ ਬਕਾਇਦਾ ਸਪੀਕਰ ਭਾਰਤ ਸਰਕਾਰ ਜਿਹੜੇ ਲੋਕ ਸਭਾ ਸਪੀਕਰ ਨੇ ਉਹਨਾਂ ਨੂੰ ਸ਼ਿਕਾਇਤ ਕਰਨਗੇ। ਬਕਾਇਦਾ ਉਹਨਾਂ ਨੇ ਸਮਾਂ ਵੀ ਮੰਗਿਆ ਹੈ। ਕੈਮਰਾ ਪਰਸਨ ਮੁਕੇਸ਼ ਬਾਵਾ ਦੇ ਨਾਲ ਗਗਨਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।